ਲੁਧਿਆਣਾ ਦੇ ਕਿਪਸ ਮਾਰਕੀਟ ਵਿਖੇ ਗਣੇਸ਼ ਉਤਸਵ ਇਕੋ ਫ੍ਰੈਂਡਲੀ ਤਰੀਕੇ ਨਾਲ ਮਨਾਉਣ ਲਈ 65 ਕਿਲੋ ਚਾਕਲੇਟ ਨਾਲ ਗਣੇਸ਼ ਜੀ ਦੀ ਮੂਰਤੀ ਕੀਤੀ ਗਈ ਤਿਆਰ। ਇਸ ਮੌਕੇ ਹਰਜਿੰਦਰ ਸਿੰਘ ਕੁਕਰੇਜਾ ਨੇ ਦੱਸਿਆ ਕਿ ਪਿਛਲੇ 2 ਸਾਲ ਤੋਂ ਬਾਅਦ ਹੁਣ ਇਸ ਵਾਰ ਵੀ ਇਕੋ ਫ੍ਰੈਂਡਲੀ ਤਰੀਕੇ ਨਾਲ ਗਣੇਸ਼ ਜੀ ਦਾ ਉਤਸਵ ਮਨਾਉਣ ਲਈ ਵਿਦੇਸ਼ ਤੋਂ ਮੰਗਾਈ ਗਈ 65 ਕਿਲੋ ਚਾਕਲੇਟ ਨਾਲ ਗਣੇਸ਼ ਜੀ ਦੀ ਮੂਰਤੀ ਤਿਆਰ ਕੀਤੀ ਗਈ ਹੈ। ਉਹਨਾਂ ਇਹ ਵੀ ਦੱਸਿਆ ਕਿ ਇਸ ਨੂੰ ਬਣਾਉਣ ਲਈ ਕਰੀਬ 10 ਦਿਨ ਦਾ ਸਮਾਂ ਲੱਗਿਆ ਅਤੇ ਹੁਣ ਅਸੀਂ ਇਸ ਮੂਰਤੀ ਨੂੰ ਪਾਣੀ ਵਿੱਚ ਵਿਸਰਜਨ ਕਰਨ ਦੀ ਜਗ੍ਹਾ ਦੁੱਧ ਵਿੱਚ ਵਿਸਰਜਨ ਕਰਨ ਤੋਂ ਬਾਅਦ ਇਸ ਨੂੰ ਮੈਲਟ ਕਰਕੇ ਇਸ ਦੀ ਚਾਕਲੇਟ ਗਰੀਬ ਬੱਚਿਆਂ ਨੂੰ ਪ੍ਰਸ਼ਾਦ ਦੇ ਰੂਪ ਵਿੱਚ ਵੰਡਾਂਗੇ। ਅਸੀਂ ਪਿਛਲੇ 2 ਸਾਲਾਂ ਤੋਂ ਹੁਣ ਇਹ ਸਾਲ ਸਾਡਾ 3ਰਾ ਸਾਲ ਹੈਗਾ, ਅਸੀਂ ਚਾਕਲੇਟ ਵਿੱਚ ਗਣਪਤੀ ਜੀ ਦਾ ਸਵਾਗਤ ਕਰਦੇ ਹਾਂ। ਲੁਧਿਆਣਾ ਵਾਸੀਆਂ ਵਾਸਤੇ ਇਹ ਇੱਕ ਬਹੁਤ ਵਧੀਆ ਓਪਰਚੁਨਿਟੀ ਹੈ ਕਿ ਪੂਰੇ ਦੁਨੀਆ ਵਿੱਚ ਮੈਸੇਜ ਜਾਂਦਾ ਹੈ ਕਿ ਅਸੀਂ ਈਕੋ ਫਰੈਂਡਲੀ ਤਰੀਕੇ ਨਾਲ ਗਣੇਸ਼ਾ ਜੀ ਦਾ ਫੈਸਟੀਵਲ ਮਨਾਈਏ। ਸਾਡਾ ਇੱਕ ਸਾਡੇ ਪਰਸਨਲ ਅਸੀਂ ਬਣਾਉਂਦੇ ਹਾਂ ਕਿਉਂਕਿ ਸਾਨੂੰ ਬਹੁਤ ਰਿਸਪੈਕਟ ਕਰਦੇ ਹਾਂ ਅਸੀਂ ਗਣੇਸ਼ਾ ਜੀ ਦੀ, ਅਸੀਂ ਵੇਟ ਕਰਦੇ ਹਾਂ ਹਰ ਸਾਲ ਇਸ ਟਾਈਮ ਦੀ। ਐਂਡ ਅਸੀਂ 65 ਕੇਜੀਜ਼ ਵਿੱਚ ਇਹ ਬਣਾਏ ਨੇ ਗਣੇਸ਼ਾ ਜੀ। ਐਂਡ ਇਹਨਾਂ ਨੂੰ ਬਣਾਉਣ ਵਿੱਚ ਸਾਨੂੰ 10 ਡੇਜ਼ ਤੋਂ ਉੱਤੇ ਲੱਗਿਆ ਹੈ। ਟੀਮ ਆਫ 20 ਸ਼ੈਫਸ ਨੇ ਮਿਲ ਕੇ ਇਹਨੂੰ ਬਣਾਇਆ ਹੈਗਾ। ਨਹੀਂ ਅਸੀਂ ਜਿਹੜਾ ਉਹ ਰੀਤ ਜਿਹੜੀ ਹੁੰਦੀ ਹੈ ਮੇਰੇ ਖਿਆਲ ਨਾਲ ਡੇਢ ਦਿਨ ਦਾ, ਹਾਂਜੀ ਡੇਢ ਦਿਨ ਦਾ ਜਿਹੜਾ ਵੀ ਰੀਤ ਹੈਗੀ ਅਕੋਰਡਿੰਗ ਟੂ ਦਾ ਜਿਸ ਰੀਤੀ ਰਿਵਾਜ਼ ਦੇ ਅਨੁਸਾਰ, ਉਹਦੇ ਬਾਅਦ ਅਸੀਂ ਜਾ ਕੇ ਗਣੇਸ਼ ਜੀ ਦਾ ਅਸੀਂ ਵਿਸਰਜਨ ਕਰਾਂਗੇ। ਅਤੇ ਅਸੀਂ ਜਿਹੜਾ ਸਾਡਾ ਇਹ ਚੋਕਲੇਟ ਦਾ ਗਣੇਸ਼ ਜੀ ਦਾ ਮਕਸਦ ਇਹ ਹੈਗਾ ਕਿ ਈਕੋ ਫਰੈਂਡਲੀ ਐਜ਼ ਹੀ ਸੈਡ, ਐਂਡ ਅਪਾਰਟ ਫਰੋਮ ਦੈਟ ਅਸੀਂ ਗਣੇਸ਼ ਜੀ ਦਾ ਜਿਹੜਾ ਹੈਗਾ ਅਸੀਂ ਬਾਹਰ ਬੱਚਿਆਂ ਨੂੰ ਚੋਕਲੇਟ ਨੂੰ ਸਾਰਾ ਉਹ 'ਚ ਡਿਪ ਕਰਕੇ ਮੈਲਟ ਕਰਕੇ ਅਸੀਂ ਸਾਰਾ ਬੱਚਿਆਂ ਨੂੰ ਅਸੀਂ ਸਰਵ ਕਰਾਂਗੇ, ਪ੍ਰਸਾਦ ਦੇ ਰੂਪ ਵਿੱਚ ਅਸੀਂ ਸਾਰਾ ਸਰਵ ਕਰਾਂਗੇ। ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ, ਕੈਮਰਾਮੈਨ ਸਰਬਜੀਤ ਪਨੇਸਰ ਦੇ ਨਾਲ ਫੋਕਸ ਡੋਟ ਪੰਜਾਬੀ, ਯੂਅਰ ਸਿਟੀ, ਯੂਅਰ ਨਿਊਜ਼।